Se vous portez là, vous avez donné. ਕੁਰਬਾਨ ਤਾਂ ਫੜ ਲਈ ਸੀ। ਉਹ ਗੱਡੀ ਕੁਰਬਾਨ ਹੋ ਗਈ। ਉੱਪਰ ਕੈਮਰਾ ਹੈ ਨੀ? ਉਹ ਮਰ ਗਈ। ਕੁਰਬਾਨ ਹੀ ਮੌਜੂਦ ਹੈ। ਮੇਰਾ ਨਾਮ ਮੰਗਲ ਸਿੰਘ ਆ ਜੀ। ਕੀ ਘਟਨਾ ਹੋਈ? ਘਟਨਾ ਐਕਚੁਅਲੀ ਨਾ, ਪਹਿਲਾਂ ਮੈਂ ਕੰਮ 'ਤੇ ਸੀ, ਮੈਨੂੰ ਘਰੋਂ ਫੋਨ ਆਇਆ ਵੀ ਮੇਰੀ ਘਰਦੀ ਨੇ ਦਵਾਈ ਖਾ ਲਈ ਹੈ, ਉਹਨੇ ਫਿਨੈਲ ਦੀ ਗੋਲੀ ਖਾਧੀਆਂ ਸੀ। ਅਸੀਂ ਘਰੋਂ ਮੇਰੀ ਘਰਦੀ ਨੂੰ ਲੈ ਆਏ ਡਾਕਟਰ ਆਨੰਦ ਮੈਡੀਸਿਟੀ ਦੇ, ਸ਼ਕਤੀ ਆਨੰਦ ਦੇ, ਉੱਥੇ ਲੈ ਕੇ ਆਏ। ਅਸੀਂ ਉਹਨੂੰ ਐਡਮਿਟ ਕਰਵਾਇਆ ਅਤੇ ਮੇਰੇ ਸਹੁਰੇ ਫਿਰ ਆਏ, ਪਹਿਲਾਂ ਮੇਰਾ ਸਾਲਾ ਆਇਆ, ਵੱਡਾ ਸਾਲਾ, ਅਤੇ ਉਹਨੇ ਆ ਕੇ ਪਹਿਲਾਂ ਪਿੱਛੇ ਖੜ ਗਿਆ, ਉਹਨੇ ਕੁਛ ਨਹੀਂ ਕਿਹਾ। ਜਦੋਂ ਮੇਰਾ ਸਹੁਰਾ ਸਾਹਿਬ ਆਇਆ, ਉਹ ਆ ਕੇ ਡੈਡੀ ਦੇ ਆਉਂਦੇ ਹੱਥੀਂ ਪੈ ਗਏ, ਹੱਥੀਂ ਪੈ ਗਏ, ਅਤੇ ਸਾਲੇ ਮੇਰੇ ਨੇ ਕੱਢ ਲਈ ਕਿਰਚ। ਉਹਨਾਂ ਨੇ ਪਹਿਲਾਂ ਮਾਰੀ ਹੈ ਮੇਰੇ ਭਾਈ ਦੇ, ਤਿੰਨ ਕਰਚਾਂ ਮਾਰੀ ਮੇਰੇ ਸਾਲੇ ਨੇ, ਫਿਰ ਮੇਰੇ ਡੈਡੀ ਦੇ ਕਰਚਾਂ ਮਾਰੀਆਂ, ਅਤੇ ਫਿਰ ਮੇਰੇ ਮਾਮਾ ਸੋਰੀ ਜੋਰਾ ਸਿੰਘ ਅਤੇ ਮਨਜੀਤ ਸਿੰਘ, ਇਹ ਵੀ ਆਏ, ਇਹ ਵੀ ਸਾਡੇ ਹੱਥੀਂ ਪੈ ਗਏ ਸੀ। ਇਹ ਹਸਪਤਾਲ ਦੇ ਵਿੱਚ ਘਟਨਾ ਹੋਈ, ਇਸ ਹਸਪਤਾਲ ਸਾਰਾ ਖੂਨੋ ਖੂਨ ਹੋਇਆ ਸੀ। ਹਾਂਜੀ, ਅਸੀਂ ਸਿਵਲ ਹਸਪਤਾਲ ਸਮਰਾਲਾ, ਹੁਣ ਸਾਨੂੰ ਮੇਰੇ ਵੱਡੇ ਮੇਰੇ ਛੋਟੇ ਭਾਈ ਨੂੰ ਇੱਥੋਂ ਰੈਫਰ ਕੀਤਾ ਗਿਆ ਚੰਡੀਗੜ੍ਹ 'ਚ, ਉਹ ਸੀਰੀਅਸ ਆ ਬਹੁਤ ਜ਼ਿਆਦਾ। ਮੇਰੇ ਛੋਟੇ ਭਾਈ ਦਾ ਨਾਮ ਸੁਖਚੈਨ ਸਿੰਘ ਆ। ਕਾਰਨ ਕਹਿੰਦੇ ਤੁਸੀਂ ਜਾਣ ਕੇ ਕੁੜੀ ਨੂੰ ਦਵਾਈ ਖਵਾਈ ਆ, ਵੀ ਤੁਹਾਡੇ ਘਰ ਕੇ ਕੁੜੀ ਨੂੰ ਦਵਾਈ ਖਾਧੀ, ਲੜਾਈ ਹੈ ਆ। ਕੀ ਨਾਮ ਜੀ? ਮੇਰਾ ਨਾਮ ਡਾਕਟਰ ਹਿਤੇਸ਼ ਜੀ। ਇੱਕ ਹੁਣ ਕੇਸ ਆਇਆ ਵਾ, ਕੀ ਕੇਸ ਆ ਜੀ ਉਹ ਪੂਰਾ ਕੀ ਡਿਟੇਲ ਆ? ਸਾਡੇ ਕੋਲ ਤਕਰੀਬਨ ਜੀ 8:12 ਦੇ ਕਰੀਬ ਸਾਡੇ ਕੋਲ 3 ਪੇਸ਼ੈਂਟ ਆਏ ਸੀਗੇ, ਜਿਨ੍ਹਾਂ ਦਾ ਜਾਪਦਾ ਹੈਗਾ ਵੀ ਉਹਨਾਂ ਦਾ ਲੜਾਈ ਝਗੜੇ ਦਾ ਕੰਮ ਹੋਇਆ ਹੈਗਾ, ਅਤੇ ਇੱਕ ਬੰਦਾ ਸੁਖਚੈਨ ਸਿੰਘ, ਗੁਲਸ਼ਨ ਸਿੰਘ ਅਤੇ ਹਰਦੀਪ ਸਿੰਘ, 3 ਬੰਦੇ ਸਾਡੇ ਕੋਲ ਆਏ ਨੇ। ਇੱਕ ਬੰਦੇ ਨੂੰ ਅਸੀਂ ਚੰਡੀਗੜ੍ਹ ਭੇਜਿਆ ਹੈਗਾ, ਅਤੇ ਬਾਕੀ ਜੋ ਵੀ ਪੁਲਿਸ ਨੂੰ ਅਸੀਂ ਇਨਫੋਰਮੇਸ਼ਨ ਭੇਜ ਦਿੱਤੀ ਹੈ, ਪਰਚਾ ਉਹਨਾਂ ਦਾ ਕਰ ਦਿੱਤਾ ਹੈ, ਬਾਕੀ ਜੋ ਵੀ ਕਾਰਵਾਈ ਹੋਏਗੀ। ਕਿੰਨੀਆਂ ਕੁ ਸੱਟਾਂ ਕਿੰਨੀਆਂ ਲੈਂਦੇ? ਸੱਟਾਂ ਉਹਦੇ ਪਰਚੇ 'ਚ ਅਸੀਂ ਲਿਖ ਦਿੱਤੀਆਂ ਨੇ ਜੀ, ਬਾਕੀ ਇੱਕ ਬੰਦਾ ਥੋੜ੍ਹਾ ਜਿਹਾ ਕੁ ਥੋੜ੍ਹੀ ਜ਼ਿਆਦਾ ਸੱਟ ਸੀਗੀ, ਇਸ ਕਰਕੇ ਅਸੀਂ ਉਹਨੂੰ 32 ਪੀਣ ਲਈ ਭੇਜਿਆ। ਕੋਈ ਜਿਵੇਂ ਜ਼ਖਮ ਜੁਖਮ ਜ਼ਿਆਦਾ ਡੂੰਘੇ ਵੀ ਸੀਗੇ? ਜ਼ਿਆਦਾ ਲੱਗਣ 'ਚ ਤਾਂ ਫਿਲਹਾਲ ਠੀਕ ਹੀ ਲੱਗਿਆ ਹੈਗਾ, ਬਾਕੀ ਆਪਾਂ ਜਿਵੇਂ ਵੀ ਅਲਟਰਾਸਾਊਂਡ ਵਗੈਰਾ ਹੋਏਗਾ ਜਾਂ ਉਹਦੀ ਇਨਵੈਸਟੀਗੇਸ਼ਨ ਹੋਏਗੀ, ਫਿਰ ਆਪਾਂ ਵਧੀਆ ਤਰੀਕੇ ਨਾਲ ਦੱਸ ਸਕਾਂਗੇ।